ਉਹਦੇ ਵਿੱਚ ਮੈਨੂੰ ਕੁੜੀ ਨੂੰ ਚੱਕਣਾ ਪਿਆ, ਔਖਾ ਕੰਮ ਸੀ ਉਹ, ਥੋੜ੍ਹਾ ਜਿਹਾ ਔਖਾ ਕੰਮ ਸੀਗਾ ਅਤੇ ਪਰ ਮੈਂ ਕਰ ਲਿਆ ਔਖੇ ਸੌਖੇ ਤੁਸੀਂ ਧੱਕੇ ਨਾਲ ਕਿਸੇ ਨੂੰ ਵੀਰੇ ਸ਼ੇਅਰ ਕਰ ਦਿਉ, ਵੀਰੇ ਸ਼ੇਅਰ ਕਰ ਦਿਉ, ਮੈਨੂੰ ਵੀ ਇੱਦਾਂ ਕਈ ਫੋਨ ਕਰਦੇ, ਮੈਂ ਕਹਿੰਦਾ ਹੁੰਦਾ ਬਰੋ ਮੇਰੇ ਸ਼ੇਅਰ ਕਰਨ ਨਾਲ ਤੈਨੂੰ ਲੱਗਦਾ ਹਿੱਟ ਹੋਜੂਗਾ, ਕੋਈ ਸੋਚਿਆ ਨਹੀਂ ਸੀਗਾ ਜੀ ਇਹ, ਬਿਲਕੁਲ ਸਾਨੂੰ ਤਾਂ ਆਈਡੀਆ ਨਹੀਂ ਸੀਗਾ ਵੀ ਇੱਦਾਂ ਹੋ ਜਾਣਾ, ਅਤੇ ਹੋ ਗਿਆ ਹੁਣ ਭੁਗਤ ਰਹੇ ਬਸ। ਮੈਨੂੰ ਇੱਕ ਵਾਰ ਕਿਸੇ ਪ੍ਰੋਡਿਊਸਰ ਨੇ ਕਿਹਾ ਸੀ, ਕਹਿੰਦਾ ਕਲਾਕਾਰ ਦਾ ਤਾਂ ਠੀਕ ਹੈ ਪਰ ਕਹਿੰਦਾ ਪੜ੍ਹਿਆ ਥੋੜ੍ਹਾ ਜ਼ਿਆਦਾ ਕਾਕਾ ਨੁਕਸਾਨ ਕਰਾਏਗਾ। ਮੈਂ ਕਿਹਾ ਜੀ ਕੋਈ ਗੱਲ ਟੈਨਸ਼ਨ ਲਾ, ਬਸ ਆਪ ਭੁੱਲ ਜਾਣਾ, ਆਪਾਂ ਹੁਣ ਭੁੱਲ ਗਏ ਹੈ। ਜਿਹੜਾ ਕੋਈ ਗਾਣਾ ਹਲਕਾ ਲੱਗਦਾ ਉਹ ਅਸੀਂ ਡੰਮੀ ਵੀ ਨਹੀਂ ਰਿਕਾਰਡ ਕਰਦੇ, ਸ਼ੂਟ ਕਰਨਾ ਰਿਲੀਜ਼ ਕਰਨਾ ਦੂਰ ਦੀ ਗੱਲ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਪ੍ਰੀਤ ਕੌਰ ਅਤੇ ਤੁਸੀਂ ਵੇਖ ਰਹੇ ਹੋ ਪੰਜ ਦਰਿਆ ਨਿਊਜ਼। ਹਮੇਸ਼ਾ ਹੀ ਅਸੀਂ ਤੁਹਾਨੂੰ ਨਵੇਂ ਕਲਾਕਾਰਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਅਤੇ ਅੱਜ ਅਸੀਂ ਤੁਹਾਡੀ ਉਸ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸਦਾ ਤੁਸੀਂ ਗਾਣਾ ਬਹੁਤ ਜ਼ਿਆਦਾ ਸੁਣਿਆ ਹੋਏਗਾ। ਇੱਥੇ ਤੱਕ ਕਿ ਉਸ ਗਾਣੇ ਨੂੰ 5 ਸਾਲ ਹੋ ਚੁੱਕੇ ਨੇ ਲੇਕਿਨ ਅੱਜ ਵੀ ਲੋਕ ਇਸ ਗਾਣੇ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਨੇ, ਭਾਵੇਂ ਕਿਸੇ ਦਾ ਦਿਲ ਟੁੱਟਿਆ ਹੋਵੇ ਭਾਵੇਂ ਨਾ ਟੁੱਟਿਆ ਹੋਵੇ। ਮੈਨੂੰ ਲੱਗਦਾ ਤੁਹਾਨੂੰ ਹੁਣ ਨਾਮ ਦੱਸ ਦੇਣਾ ਚਾਹੀਦਾ ਜੀ ਹਾਂ, ਗਾਣੇ ਦਾ ਨਾਮ ਹੈ ਕਦੇ ਤਾਂ ਤੂੰ ਆਵੇਂਗਾ, ਸਿੰਗਰ ਦਾ ਨਾਮ ਹੈ ਰਣਬੀਰ ਜਿਨ੍ਹਾਂ ਦੇ ਨਾਲ ਅੱਜ ਅਸੀਂ ਮੁਲਾਕਾਤ ਕਰਨ ਵਾਲੇ ਹਾਂ ਅਤੇ ਇਸ ਗਾਣੇ ਨੂੰ ਲੈ ਕੇ ਅਤੇ ਇਸ ਗਾਣੇ ਦਾ ਜਿਹੜਾ ਦੂਸਰਾ ਪਾਰਟ ਆਉਣ ਵਾਲਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਚੱਲਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜ ਦਰਿਆ ਨਿਊਜ਼ ਦੇ ਵਿੱਚ। ਥੈਂਕ ਯੂ। ਸੋ ਫਾਈਨਲੀ ਕਦੇ ਤਾਂ ਤੂੰ ਆਵੇਂਗਾ, ਬਹੁਤ ਟਾਈਮ ਬਾਅਦ ਇਹਦਾ ਦੂਜਾ ਪਾਰਟ ਲੈ ਕੇ ਆ ਰਹੇ ਹੋ, ਕਿੰਨੇ ਕੁ ਜ਼ਿਆਦਾ ਐਕਸਾਈਟਿਡ ਹੋ? ਬਿਲਕੁਲ ਜੀ, ਖੁਸ਼ੀ ਹੈ, ਐਕਸਾਈਟਮੈਂਟ ਵੀ ਆ, ਉਹਦੇ ਨਾਲ ਨਾਲ ਡਰ ਵੀ ਹੈ ਵੀ ਪਤਾ ਨਹੀਂ ਲੋਕਾਂ ਨੂੰ ਕਿੱਦਾਂ ਦਾ ਲੱਗਣਾ ਹੈ ਨਾ, ਪਰ ਉਮੀਦ ਹੈ ਕਿ ਸਾਰਿਆਂ ਨੂੰ ਪਸੰਦ ਆਊਗਾ। ਸੋ ਜੇ ਮੈਂ ਗੱਲ ਕਰਾਂ ਇਸ ਤੋਂ ਪਹਿਲੇ ਵਾਲੇ ਗਾਣੇ ਦੀ ਹੈ ਨਾ, ਉਹਦੇ ਵਿੱਚ ਵੀ ਵੀਲ ਚੇਅਰ ਦੇ ਵਿੱਚ ਕੁੜੀ ਬੈਠੀ ਹੈ ਅਤੇ ਇਸ ਤੋਂ ਇਲਾਵਾ ਇੱਕ ਹੋਰ ਵੀ ਤੁਹਾਡਾ ਗਾਣਾ ਆਇਆ ਸੀ ਰੋਈ ਹਾਂ ਮੈਂ, ਹੈ ਨਾ, ਸਮਥਿੰਗ ਇਹ ਨਾਮ ਸੀ ਨਹੀਂ, ਮੈਂ ਰੋਈ ਹਾਂ, ਹੈ ਨਾ, ਉਹਦੇ ਵਿੱਚ ਵੀ ਵੀਲ ਚੇਅਰ ਸੀ, ਇਹਦਾ ਕੀ ਕਨੈਕਸ਼ਨ ਹੈ? ਵੀਲ ਚੇਅਰ ਪਸੰਦ ਹੈ ਸਾਨੂੰ, ਕਾਰਨ ਨਹੀਂ, ਕਾਰਨ ਇਹ ਨਹੀਂ ਹੈ ਮੈਡਮ, ਉਹ ਜਿੱਦਾਂ ਹੁਣ ਕਈ ਵਾਰੀ ਕੋਨਸੈਪਟ, ਹੁਣ ਸੈਡ ਗਾਣੇ ਦੇ ਕੋਨਸੈਪਟ ਵਿੱਚ ਬੰਦਾ ਕੀ ਦਿਖਾ ਸਕਦਾ ਨਾ, ਕਿਸੇ ਦੇ ਕੋਈ ਕੋਈ ਐਕਸੀਡੈਂਟ ਹੋ ਗਿਆ, ਕੋਈ ਬਿਮਾਰ ਹੋ ਗਿਆ, ਕੋਈ ਕਿੱਦਾਂ, ਹੈ ਨਾ, ਕੋਈ ਕਿੱਦਾਂ, ਤਾਂ ਥੋੜ੍ਹਾ ਇਮੋਸ਼ਨਲ ਟੱਚ ਦੇਣ ਲਈ ਉਹ, ਤਾਂ ਉਹ ਮਤਲਬ ਕੋਇੰਸੀਡੈਂਟਲੀ ਉਹ ਕਲੈਸ਼ ਹੋ ਗਿਆ ਮਾਮਲਾ, ਕਿ ਉਹ ਮੈਂ ਰੋਈਆਂ ਦੇ ਵਿੱਚ ਵੀ ਵੀਲ ਚੇਅਰ ਜਿਹੜੀ ਰਿਪੀਟ ਹੋਈ ਹੈ, ਅਤੇ ਆ ਵੀ ਹੁਣ ਇਹ ਨਹੀਂ ਪਤਾ ਇਨ ਫਿਊਚਰ ਕੱਲ੍ਹ ਨੂੰ ਆਉਣਾ ਆਪਾਂ ਕੋਈ ਫਿਲਮ ਕਰਾਂਗੇ ਉਹ 'ਚ ਵੀਲ ਚੇਅਰ ਦਾ ਸੀ, ਉਹ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਭਾਈ ਮੈਂ ਤਾਂ ਕਰ ਚੁੱਕੇ ਹਾਂ ਆਲਰੇਡੀ, ਤੁਸੀਂ ਨਾ ਕਰ, ਸੋ ਇਸ ਕਰਕੇ ਉਹ ਹੈ ਕੋਇੰਸੀਡੈਂਟ ਹੀ ਹੈ, ਅਤੇ ਬਸ ਇਹ ਸਿਰਫ ਅਤੇ ਸਿਰਫ ਕੋਨਸੈਪਟ ਨੂੰ ਜੋ ਚਾਹੀਦਾ ਸੀ ਉਹਦੇ ਕਰਕੇ ਸਾਨੂੰ ਵੀਲ ਚੇਅਰ ਜਿਹੜੀ ਲੈਣੀ ਪਈ। ਅੱਛਾ, ਜਦੋਂ ਉਹ ਵਾਲਾ ਸ਼ੂਟ ਕੀਤਾ ਸੈਕਿੰਡ ਸੌਂਗ ਵਾਲਾ, ਤੁਹਾਨੂੰ ਯਾਦ ਨਹੀਂ ਆਇਆ ਵੀ ਇਹ ਪਹਿਲਾਂ ਵੀ ਮੈਂ ਕੀਤਾ ਹੋਇਆ? ਨਹੀਂ ਯਾਦ ਆਇਆ ਬਿਲਕੁਲ, ਪਰ ਹੁਣ ਗੱਲ ਵੀ ਉਹ ਕੋਨਸੈਪਟ ਇੰਨਾ ਸੋਹਣਾ ਬਣਿਆ ਸੀਗਾ ਸਾਨੂੰ ਸੀਗਾ ਕਿ ਯਾਰ ਚੱਲ ਕੋਈ ਗੱਲ ਨਹੀਂ, ਇੰਨੀ ਦੇਰ ਬਾਅਦ ਕਰ ਲਈਏ, ਕੋਈ ਮਸਲਾ ਥੋੜ੍ਹੀ ਹੈ। ਕੋਈ ਸਟੋਰੀ ਹੋਵੇ ਇਸ ਗਾਣੇ ਦੇ ਸ਼ੂਟ ਕਰਦੇ ਹੋਏ? ਇਹਨੂੰ ਸ਼ੂਟ ਕਰਦੇ ਵਕਤ ਨੋ ਡਾਊਟ ਇੱਕ ਕਲਾਈਮੈਕਸ ਦਾ ਸੀਨ ਆ, ਹੁਣ ਮੈਂ ਉਹ ਤਾਂ ਨਹੀਂ ਮੈਂ ਰਿਵੀਲ ਕਰ ਸਕਦਾ, ਅਤੇ ਉਹਦੇ ਵਿੱਚ ਮੈਨੂੰ ਕੁੜੀ ਨੂੰ ਚੱਕਣਾ ਪਿਆ, ਔਖਾ ਕੰਮ ਸੀ ਉਹ, ਥੋੜ੍ਹਾ ਜਿਹਾ ਔਖਾ ਕੰਮ ਸੀਗਾ ਅਤੇ ਪਰ ਮੈਂ ਕਰ ਲਿਆ ਔਖੇ ਸੌਖੇ। ਪਰ ਸਾਨੂੰ ਵੇਖ ਕੇ ਲੱਗ ਰਿਹਾ ਕੁੜੀ ਇੰਨੀ ਭਾਰੀ ਹੈ ਨਹੀਂ, ਉਦਾਂ ਲੱਗਦਾ ਕਿਸੇ ਦੇ ਕਈ ਵਾਰੀ ਹੱਡ ਭਾਰੇ ਹੁੰਦੇ ਆ ਜੀ, ਇਸ ਕਰਕੇ ਦਾ, ਅਤੇ ਜਾਂ ਸਾਹਮਣੇ ਵਾਲਾ ਬੰਦਾ ਵੀ ਕਮਜ਼ੋਰ ਹੋ ਸਕਦਾ, ਮੈਂ ਮਤਲਬ ਮਾੜਾ ਜਿਹਾ ਬੰਦਾ, ਇਸ ਕਰਕੇ ਮੈਂ ਉਹਨੂੰ ਚੱਕਿਆ ਅਤੇ ਮੈਂ ਥੋੜ੍ਹਾ ਜਿਹਾ ਮਤਲਬ ਯੂ ਨੋ ਆਈ ਵਾਜ਼ ਫੀਲਿੰਗ ਜੀ ਬਹੁਤ ਜ਼ਿਆਦਾ, ਜਿੱਦਾਂ ਮੈਂ ਬੋਝ ਥੱਲੇ ਆ ਗਿਆ। ਠੀਕ ਹੈ, ਓਕੇ। ਸੋ ਇਸ ਗਾਣੇ ਨੂੰ ਜਨਜੋਤ ਜੀ ਨੇ ਡਾਇਰੈਕਟ ਕੀਤਾ, ਉਹਨਾਂ ਬਾਰੇ ਕੀ ਕਹੋਗੇ? ਬਹੁਤ ਜਿਹੜੇ ਇੱਕ ਸੁਲਝੇ ਹੋਏ ਬੰਦੇ ਹੁੰਦੇ ਆ ਨਾ ਕਈ, ਵੀ ਉਹਨਾਂ ਨੂੰ ਪਤਾ ਹੁੰਦਾ ਵੀ ਮੇਰਾ ਕੰਮ ਕੀ, ਜਿੱਦਾਂ ਮੈਂ ਬਹੁਤ ਘੱਟ ਸੈਟਸ ਦੇ ਉੱਪਰ ਇੱਦਾਂ ਦੇਖਿਆ ਕਿ
ਸਟ੍ਰੈਸ ਲੈਵਲ ਬਿਲਕੁਲ ਜ਼ੀਰੋ ਹੁੰਦਾ, ਕੋਈ ਰੌਲਾ ਰੱਪਾ ਨਹੀਂ, ਕੋਈ ਫਾਲਤੂ ਗੱਲ ਨਹੀਂ, ਕੋਈ ਉੱਚੀ ਆਵਾਜ਼ ਨਹੀਂ, ਸਭ ਕੁਛ ਨੋਰਮਲ ਚੱਲ ਰਿਹਾ ਜਿੱਦਾਂ ਆਪਾਂ ਬਸ ਹੈ ਨਾ ਇੱਦਾਂ ਕਰ ਰਹੇ। ਪਹਿਲੇ ਨੰਬਰ 'ਤੇ ਮੈਂ ਹੈਰੀ ਭੱਟੀ ਬਾਈ ਹੋਣਾ ਨਾਲ ਇੱਕ ਗਾਣਾ ਸ਼ੂਟ ਕੀਤਾ ਸੀਗਾ ਮਜ਼ਾਕ, ਉੱਥੇ ਮੈਨੂੰ ਬਹੁਤ ਮਜ਼ਾ ਆਇਆ, ਮੈਂ ਉਹ ਬਹੁਤ ਐਪਰੀਸ਼ੀਏਟ ਕੀਤਾ, ਮੈਂ ਕਿਹਾ ਬਾਈ ਮਜ਼ਾ ਆ ਗਿਆ ਵੀ ਇੱਦਾਂ ਦਾ ਸ਼ੂਟ ਮੇਰਾ ਨਹੀਂ ਹੋਇਆ। ਉਸ ਤੋਂ ਬਾਅਦ ਦੂਜਾ ਜਨਜੋਤ ਬਾਈ ਹੋਣਾ ਨਾਲ ਹੁਣ ਜਦੋਂ ਕੰਮ ਕੀਤਾ, ਮਤਲਬ ਮੈਨੂੰ ਲੱਗਦਾ ਵੀ ਫਿਲਮਾਂ ਵਾਲੇ ਥੋੜ੍ਹੇ ਜਿਹੇ ਜ਼ਿਆਦਾ ਸ਼ਾਂਤ, ਗਾਣੇ ਵਾਲੇ ਸਾਡੇ ਬੰਦੇ ਥੋੜ੍ਹੇ ਜਿਹੇ ਜ਼ਿਆਦਾ ਰੌਲਾ ਪਾਉਂਦੇ ਆ, ਉਹ ਕਿਤੇ ਇੱਦਾਂ ਦਾ ਉਹ ਹੈ ਨਾ ਫਟਾਫਟ ਆ ਜਾਓ, ਫਟਾਫਟ ਸ਼ਿਫਟਿੰਗ ਹੁੰਦੀ ਆ ਆਲ ਇਨ ਆਲ। ਤਾਂ ਇਹਦੇ ਵਿੱਚ ਇਸ ਕੇਸ ਦੇ ਵਿੱਚ ਜਿਹੜਾ ਆਹ ਗਾਣਾ, ਜਦਕਿ ਅਸੀਂ ਦੋ ਦਿਨ ਸ਼ੂਟ ਕੀਤਾ ਐਂਡ ਦੋਨੋਂ ਦਿਨ ਬਹੁਤ ਹੀ ਯੂਨੋ ਆਰਾਮ ਨਾਲ ਹੌਲੀ ਹੌਲੀ ਮਜ਼ੇ ਮਜ਼ੇ ਸਾਰਾ ਕੰਮ ਹੋਇਆ ਅਤੇ ਉਹ ਪੋਜ਼ਿਟਿਵਿਟੀ ਨਾਲ ਵੀ ਹੋਇਆ। ਸੋ ਬਾਈ ਦੀ ਸਾਰੀ ਟੀਮ ਦਾ ਬਹੁਤ ਬਹੁਤ ਸਾਰਾ ਥੈਂਕਸ, ਬਹੁਤ ਸੁਲਝਿਆ ਹੋਇਆ ਇੱਕ ਡਾਇਰੈਕਟਰ ਆ ਜਿਹੜਾ ਜਨਜੋਤ ਬਾਈ ਹੈ। ਬਿਲਕੁਲ, ਜਦੋਂ ਨਾ ਅੱਜ ਕੱਲ੍ਹ ਇੱਕ ਟਰੈਂਡ ਚੱਲਿਆ ਹੋਇਆ ਜਦੋਂ ਫਿਲਮ ਆਉਣੀ ਹੋਵੇ ਜਾਂ ਫਿਰ ਕਿਸੇ ਦਾ ਗਾਣਾ ਆਉਣਾ ਹੋਵੇ ਹੈ ਨਾ, ਉਹ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਪਹਿਲਾਂ ਹੀ। ਮੈਨੂੰ ਲੱਗਦਾ ਤੁਸੀਂ ਰੀਲ ਨਹੀਂ ਬਣਾਈ ਹਲੇ, ਮਤਲਬ ਗਾਣਾ, ਕਿਉਂ ਕਾਰਨ? ਕਿਉਂਕਿ ਸਾਨੂੰ ਹੈ ਥੋੜ੍ਹੇ ਦੇਰ ਰਹਿ ਕੇ ਪਾਈ ਦੇਣੀ ਹੈ ਪਹਿਲਾਂ ਕਰਕੇ ਖਤਮ ਕਰਨਾ। ਨਹੀਂ, ਕਈ ਨਾ ਪਹਿਲੇ ਕਾਫੀ ਜ਼ਿਆਦਾ ਰੀਲਾਂ ਬਣਾਉਣ ਲੱਗ ਜਾਂਦੇ ਨੇ, ਜੇ ਆਪਾਂ ਵੇਖਦੇ ਹਾਂ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਅਲੱਗ ਅਲੱਗ ਇੱਕ ਕਨਸੈਪਟ 'ਤੇ ਰੀਲਸ ਬਣਾਉਣ ਲੱਗ ਜਾਂਦੇ ਨੇ ਉਵੇਂ। ਨਹੀਂ, ਅਸੀਂ ਜਦੋਂ ਸ਼ੂਟ ਕਰਦੇ ਸੀ ਉਦੋਂ ਮੇਕਿੰਗ ਨਾਲ ਨਾਲ ਬਣੀ ਹੋਈ ਆ ਉਹ ਵੀਡੀਓ, ਸਾਡੇ ਕੋਲ ਹੈਗੀਆਂ, ਅਸੀਂ ਬਾਅਦ 'ਚ ਪ੍ਰਮੋਸ਼ਨਲ ਕੰਟੈਂਟ ਉਹਨੂੰ ਕਹਿ ਦਿੰਦੇ ਆ, ਉਹ ਤਾਂ ਅਸੀਂ ਬਣਾਇਆ, ਪਰ ਅਸੀਂ ਉਹ ਪਾਵਾਂਗੇ ਸਾਰਾ ਜਦੋਂ ਗਾਣਾ ਰਿਲੀਜ਼ ਹੋ ਜੂਗਾ ਉਦੋਂ ਹੀ। ਉਦੋਂ ਮਤਲਬ ਕਿਉਂਕਿ ਡਜ਼ ਨਾਟ ਮੇਕ ਐਨੀ ਡਿਫਰੈਂਸ, ਜਦੋਂ ਆਊਗਾ ਕੋਈ ਗੱਲ ਨਹੀਂ, ਦੋ ਦਿਨ ਲੇਟ ਸਹੀ, ਕੋਈ ਰੌਲਾ ਥੋੜ੍ਹੀ। ਇੱਦਾਂ ਵੀ ਹੁੰਦਾ ਜਿਹੜੇ ਮਤਲਬ ਕਾਫੀ ਫੇਮਸ ਨੇ ਇੰਸਟਾਗ੍ਰਾਮ ਤੇ, ਕਪਲਸ ਲਗਾ ਲਓ, ਉਹਨਾਂ ਤੋਂ ਪ੍ਰਮੋਸ਼ਨ ਕਰਵਾਈ ਜਾਂਦੀ ਹੈ, ਤੁਸੀਂ ਇੱਦਾਂ ਕੀਤਾ ਕੁਛ? ਕਈ ਵਾਰੀ ਹੁਣ ਜਿੱਦਾਂ ਮੰਨ ਲਓ ਇਹ ਵੀ ਇੱਕ ਕੰਪਨੀ ਦਾ ਪ੍ਰੋਜੈਕਟ ਹੈ ਸਪੋਜ਼ ਹੈ ਨਾ, ਜਾਂ ਮੇਰਾ ਹੋਰ ਕਿਸੇ ਲੇਬਲ ਨੇ ਮੇਰਾ ਕੋਈ ਗਾਣਾ ਲਿਆ, ਹੁਣ ਉਹ ਲੇਬਲ ਦਾ ਪ੍ਰਮੋਸ਼ਨਲ ਸਟ੍ਰੈਟਜੀ ਕੀ ਆ, ਉਹਦੇ 'ਚ ਉਹ ਕਿੱਦਾਂ ਦਾ ਪ੍ਰਮੋਸ਼ਨਲ ਪ੍ਰੋਗਰਾਮ ਲੈਣਾ ਚਾਹੁੰਦੇ ਆ, ਇੰਸਟਾਗ੍ਰਾਮ ਇਨਫਲੂਐਂਸਰ ਪ੍ਰੋਗਰਾਮ ਲੈਂਦੇ ਆ, ਉਹਦੇ 'ਚ ਕਿਹੜੇ ਕਿਹੜੇ ਇਨਫਲੂਐਂਸਰ ਉਹ ਸਿਲੈਕਟ ਕਰਦੇ ਆ ਹੈ ਨਾ, ਅਤੇ ਉਹ ਉਹਨਾਂ 'ਤੇ ਹੁੰਦਾ। ਮੇਰੇ ਬਹੁਤ ਸਾਰੇ ਗਾਣੇ ਬਹੁਤ ਸਾਰੇ ਇਨਫਲੂਐਂਸਰਾਂ ਨੇ ਉਹਨਾਂ 'ਤੇ ਵੀਡੀਓ ਪਾਈਆਂ ਹੋਈਆਂ, ਪਰ ਮੈਂ ਨਹੀਂ ਕਦੇ ਕਿਸੇ ਨੂੰ ਕਿਹਾ, ਉਹ ਹਮੇਸ਼ਾ ਹੀ ਜਿਹੜਾ ਹੈਗਾ ਪ੍ਰਮੋਸ਼ਨਲ ਕੰਪਨੀਜ਼ ਵੱਲੋਂ ਜਾਂ ਲੇਬਲਸ ਵੱਲੋਂ ਹੀ ਉੱਧਰ ਨੂੰ ਜਾਂਦਾ ਹੁੰਦਾ ਹੈ ਨਾ। ਪਰ ਮੈਂ ਇੱਕ ਗੱਲ ਮੈਂ ਇਹ ਜ਼ਰੂਰ ਮੰਨਦਾ ਕਿ ਉਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ, ਜੇ ਤੁਹਾਡਾ ਗਾਣਾ ਵਧੀਆ ਤਾਂ ਉਦੋਂ ਬਿਨਾਂ ਵੀ ਚੱਲ ਜਾਂਦਾ, ਅਤੇ ਉਦੋਂ ਤਾਂ ਫਿਰ ਚੱਲਣਾ ਹੀ ਚਾਹੀਦਾ। ਮੈਨੂੰ ਲੱਗਦਾ ਤੁਹਾਡਾ ਜਿਹੜਾ ਪਾਰਟ 1 ਸੀਗਾ ਉਹਨੂੰ ਤਾਂ ਲੋੜ ਹੀ ਨਹੀਂ ਸੀਗੀ ਬਹੁਤ, ਉਹ ਤਾਂ ਮੈਂ ਕਿਸੇ ਨੂੰ ਸ਼ੇਅਰ ਕਰਨ ਵੀ ਨਹੀਂ ਸੀ ਕਿਹਾ ਕਿਉਂਕਿ ਉਦੋਂ ਮੈਨੂੰ ਕੋਈ ਜਾਣਦਾ ਹੀ ਨਹੀਂ ਸੀ, ਅਤੇ ਪਰ ਉਹਦੇ ਬਾਵਜੂਦ ਬਹੁਤ ਸਾਰੇ ਸਿੰਗਰਾਂ ਨੇ ਆਪ ਹੀ ਸ਼ੇਅਰ ਕੀਤਾ, ਕਿਉਂਕਿ ਚੰਗੀ ਚੀਜ਼ ਨੂੰ ਆਪ ਮੁਹਾਰੇ ਹੀ ਅਗਲਾ ਬੰਦਾ ਸਪੋਰਟ ਕਰਦਾ, ਯਾਰ ਇਹਨੂੰ ਸ਼ੇਅਰ ਕਰਦੇ ਆ ਨਾ, ਵਧੀਆ ਲੱਗ ਰਿਹਾ, ਤਾਂ ਉਹ ਚੰਗਾ ਸੀਗਾ ਸਿਸਟਮ। ਹੁਣ ਪਾਰਟ 2 ਆਇਆ, ਹੁਣ ਵੀ ਚਲੋ ਆਪਾਂ ਭੇਜ ਦੇਣਾ ਸਾਰਿਆਂ ਨੂੰ, ਮੈਂ ਹਮੇਸ਼ਾ ਭੇਜ ਦਿੰਦਾ ਹੁੰਦਾ ਜਿਹੜੇ ਬੰਦੇ ਸਰਕਲ ਦੇ ਨਾ, ਮੈਨੂੰ ਐਂ ਹੁੰਦਾ ਵੀ ਯਾਰ ਜੇ ਤੁਸੀਂ ਕਿਸੇ ਨੂੰ ਹੈ ਨਾ ਬੈਠੇ ਨਜ਼ਰ ਨਹੀਂ ਆ ਰਹੇ ਤਾਂ ਖੜ੍ਹੇ ਜ਼ਿਆਦਾ ਨਜ਼ਰ ਆਉਂਗੇ, ਇਹਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਤੁੱਕ ਭਾਜੀ ਕਿ ਵੀ ਤੁਸੀਂ ਧੱਕੇ ਨਾਲ ਕਿਸੇ ਨੂੰ ਵੀਰੇ ਸ਼ੇਅਰ ਕਰ ਦਿਉ, ਵੀਰੇ ਸ਼ੇਅਰ ਕਰ ਦਿਉ, ਮੈਨੂੰ ਵੀ ਇੱਦਾਂ ਕਈ ਫੋਨ ਕਰਦੇ, ਮੈਂ ਕਹਿੰਦਾ ਹੁੰਦਾ ਬਰੋ ਮੇਰੇ ਸ਼ੇਅਰ ਕਰਨ ਨਾਲ ਤੈਨੂੰ ਲੱਗਦਾ ਹੇਟ ਹੋ ਜੂਗਾ, ਕਿਹੜੇ ਚੱਕਰ 'ਚ ਪਿਆ ਯਾਰ ਹੈ ਨਾ, ਜਿਹਨੇ ਤੇਰਾ ਗਾਣਾ ਸੁਣਨਾ ਉਹਨੇ ਸੁਣ ਹੀ ਲੈਣਾ, ਅੱਜ ਨਹੀਂ ਤਾਂ ਕੱਲ੍ਹ ਨੂੰ ਸੁਣ ਲੈਣਾ, ਕੋਈ ਮਸਲਾ ਨਹੀਂ ਹੈਗਾ। ਇਸ ਕਰਕੇ ਮੈਂ ਵੀ ਉਸ ਦੌੜ 'ਚ ਨਹੀਂ ਭੱਜਦਾ ਵੀ ਆ ਵੀ ਮੈਂ ਕਲਾਕਾਰਾਂ ਨੂੰ ਫੋਨ ਕਰਾਂ ਵੀ ਭਾਅ ਜੀ ਮੇਰਾ ਗਾਣਾ ਸ਼ੇਅਰ ਕਰ। ਅੱਛਾ, ਤੁਸੀਂ ਸੋਚਿਆ ਸੀ ਕਦੇ ਵੀ ਪਾਰਟ 1 ਇੰਨਾ ਜ਼ਿਆਦਾ ਹਿੱਟ ਹੋ ਜੂ? ਨਹੀਂ, ਸੋਚਿਆ ਨਹੀਂ ਸੀਗਾ ਜੀ, ਬਿਲਕੁਲ ਸਾਨੂੰ ਤਾਂ ਆਈਡੀਆ ਨਹੀਂ ਸੀਗਾ ਵੀ ਇੱਦਾਂ ਹੋ ਜਾਣਾ, ਅਤੇ ਹੋ ਗਿਆ, ਹੁਣ ਭੁਗਤ ਰਹੇ ਬਸ। ਭੁਗਤਣਾ ਸ਼ਬਦ ਮਾੜਾ ਆ, ਮੈਂ ਚੰਗੇ ਵਿੱਚ ਭੁਗਤ ਰਿਹਾ ਵੀ ਮੈਨੂੰ ਲੋਕ ਪਿਆਰ ਕਰਦੇ ਆ, ਫੋਟੋਆਂ ਖਿਚਾਉਂਦੇ ਆ, ਸ਼ੋਆਂ ਤੇ ਬੁੱਕ ਕਰਕੇ ਬੁਲਾਉਂਦੇ ਆ, ਯੂ ਨੋ, ਤੇ ਨਾਲ ਇੱਦਾਂ ਦੇ ਹੈ ਨਾ ਮੇਰੇ ਨਾਲ ਇੰਨੇ ਲੋਕ ਜੁੜ ਗਏ, ਉਹਨੂੰ ਐਪਰੀਸ਼ੀਏਟ ਕਰਦੇ ਆ, ਤਾਂ ਉਹ ਜਿਹੜਾ ਉਹਦਾ ਜਿਹੜੀ ਚੰਗੀ ਚੀਜ਼ ਆ ਉਹਦੀ ਪੋਜ਼ਿਟਿਵਿਟੀ ਉਹ ਮੈਂ ਭੁਗਤ ਰਿਹਾ, ਮੈਨੂੰ ਮਜ਼ਾ ਆ ਰਿਹਾ। ਅੱਛਾ, ਜੇ ਰਣਬੀਰ ਅੱਜ ਸਿੰਗਰ ਨਾ ਹੁੰਦਾ ਫਿਰ ਕੀ ਹੁੰਦੇ ਤੁਸੀਂ? ਮੈਂ ਮਕੈਨੀਕਲ ਇੰਜੀਨੀਅਰ ਅਤੇ ਸਿਵਲ ਇੰਜੀਨੀਅਰ ਦੋਨੋਂ ਹੀ ਹਾਂ, ਕੁਛ ਨਾ ਕੁਛ ਤਾਂ ਹੁੰਦਾ।
ਮੈਂ ਕਲਾਕਾਰਾਂ ਦੇ ਹਿਸਾਬ ਨਾਲ ਪੜ੍ਹਿਆ ਥੋੜ੍ਹਾ ਜ਼ਿਆਦਾ। ਅੱਛਾ, ਮੈਨੂੰ ਇੱਕ ਵਾਰ ਕਿਸੇ ਪ੍ਰੋਡਿਊਸਰ ਨੇ ਕਿਹਾ ਸੀ, ਕਹਿੰਦਾ ਕਲਾਕਾਰ ਦਾ ਤਾਂ ਠੀਕ ਹੈ ਪਰ ਕਹਿੰਦਾ ਪੜ੍ਹਿਆ ਥੋੜ੍ਹਾ ਜ਼ਿਆਦਾ, ਕਾਕਾ ਨੁਕਸਾਨ ਕਰਾਏਗਾ। ਮੈਂ ਕਿਹਾ ਜੀ ਕੋਈ ਗੱਲ ਟੈਨਸ਼ਨ ਲਓ, ਸਭ ਭੁੱਲ ਜਾਣਾ, ਆਪਾਂ ਹੁਣ ਭੁੱਲ ਗਏ। ਅੱਛਾ, ਇਸ ਗਾਣੇ ਤੋਂ ਕਿੰਨੀਆਂ ਉਮੀਦਾਂ ਨੇ? ਉਮੀਦਾਂ ਦੇਖੋ ਹਰੇਕ ਗਾਣੇ ਤੋਂ ਹੁੰਦੀਆਂ, ਹੈ ਨਾ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਚੰਗਾ ਜਿਹੜਾ ਕੋਈ ਗਾਣਾ ਬਣਾਇਆ ਅਸੀਂ ਆਪਣੇ ਵੱਲੋਂ ਵਧੀਆ ਬਣਾਉਂਦੇ, ਅਸੀਂ ਮਾੜਾ ਕੰਟੈਂਟ ਬਣਾਉਂਦੇ ਨਹੀਂ, ਹੈ ਨਾ। ਜਿਹੜਾ ਕੋਈ ਗਾਣਾ ਹਲਕਾ ਲੱਗਦਾ ਉਹ ਅਸੀਂ ਡੰਮੀ ਵੀ ਨਹੀਂ ਰਿਕਾਰਡ ਕਰਦੇ, ਸ਼ੂਟ ਕਰਨਾ ਰਿਲੀਜ਼ ਕਰਨਾ ਦੂਰ ਦੀ ਗੱਲ ਆ, ਅਸੀਂ ਆਪਦੇ ਵੱਲੋਂ ਚੰਗਾ ਹੀ ਕਰਦੇ ਹਾਂ। ਉਹ ਲੋਕਾਂ 'ਤੇ ਡਿਪੈਂਡ ਕਰਦਾ ਹੈਗਾ ਹੁਣ ਵੀ ਕਿਹੜਾ ਉਹਨਾਂ ਨੂੰ ਵਧੀਆ ਲੱਗਦਾ। ਉਮੀਦ ਇਹ ਤੋਂ ਪੂਰੀ ਹੈ ਕਿ ਪਹਿਲਾਂ ਵਾਲੇ ਨਾਲੋਂ ਜ਼ਿਆਦਾ ਕਰੂਗਾ, ਹੈ ਨਾ। ਜੇ ਉਹ ਪੌਣੇ 200 million 200 million ਕਰ ਗਿਆ ਤੇ ਇਹ ਘੱਟੋ ਘੱਟ 250 ਤਾਂ ਕਰੇ, ਤੇ ਓਬਵੀਅਸ ਜੀ ਗੱਲ ਆ, ਐਕਸਪੈਕਟੇਸ਼ਨਸ ਪੂਰੀਆਂ ਨੇ, ਬਾਕੀ ਜਨਤਾ ਦੇ ਹੱਥ ਵਿੱਚ ਆ ਜਿੱਦਾਂ ਕਰ। ਅੱਛਾ, ਮੈਂ ਜਿੱਦਾਂ ਕਿ ਤੁਸੀਂ ਇਸ ਗਾਣੇ ਦੀ ਪ੍ਰਮੋਸ਼ਨ ਕਰ ਰਹੇ ਹੋ, ਤੁਹਾਨੂੰ ਐਂ ਲੱਗ ਰਿਹਾ ਮੈਂ ਵੋਟਾਂ ਮੰਗ ਰਿਹਾ ਜਨਤਾ ਦੇ ਹੱਥ ਵਿੱਚ ਜਿੱਦਾਂ? ਹਾਂਜੀ, ਜਿਵੇਂ ਤੁਸੀਂ ਗਾਣੇ ਦੀ ਪ੍ਰਮੋਸ਼ਨ ਕਰ ਰਹੇ ਹੋ, ਹੈ ਨਾ, ਤੁਸੀਂ ਜਿਵੇਂ ਕਿਹਾ ਕਿ ਮੈਨੂੰ ਬਾਰ ਬਾਰ ਉਹੀ ਕੁਐਸਚਨ ਪੁੱਛੇ ਜਾਂਦੇ ਨੇ, ਤੁਹਾਡੇ ਅਕੋਰਡਿੰਗ ਕੀ ਲੱਗਦਾ ਕਿ ਜਿਹੜਾ ਕੁਐਸਚਨ ਤੁਹਾਨੂੰ ਹਜੇ ਤੱਕ ਪੁੱਛਿਆ ਨਹੀਂ ਗਿਆ? ਇਹ ਵੀ ਜੇ ਮੈਂ ਦੱਸਣਾ ਦੱਸਣਾ ਤਾਂ ਪੈਣਾ ਨਾ, ਤੁਸੀਂ ਕਈ ਆ ਰਹੇ ਹੋ ਕਿ ਬਾਰ ਬਾਰ ਉਹੀ ਕੁਐਸਚਨ ਆ ਰਹੇ ਨੇ। ਨਹੀਂ ਨਹੀਂ, ਮੈਨੂੰ ਇਹ ਹੁੰਦਾ ਕਿ ਵੀ ਹੋਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ, ਤੁਸੀਂ ਇੱਕ ਆਰਟਿਸਟ ਨੂੰ ਪੁੱਛ ਸਕਦੇ ਹੋ, ਇੱਕ ਇਨਸਾਨ ਨੂੰ ਪੁੱਛ ਸਕਦੇ ਹੋ ਬਈ ਵੀ ਹਾਂ ਬਈ ਇੱਦਾਂ ਇੱਦਾਂ, ਹੈ ਨਾ, ਤੈਨੂੰ ਕਿੱਦਾਂ ਲੱਗਦਾ? ਅਤੇ ਮੈਂ ਬਹੁਤ ਸਾਰੀਆਂ, ਮੈਨੂੰ ਐਂ ਲੱਗਦਾ ਹੈਗਾ ਵੀ ਬਹੁਤ ਸਾਰੇ ਹਾਲੇ ਇੱਦਾਂ ਦੇ ਚੀਜ਼ਾਂ ਨੇ ਜਿਹੜੀਆਂ ਕਲਾਕਾਰਾਂ ਨੂੰ ਪੁੱਛੀਆਂ ਨਹੀਂ ਕਦੇ ਕਿਸੇ ਨੇ, ਹੈ ਨਾ। ਹੁਣ ਉਹ ਕੀ ਨੇ ਉਹ ਲੰਬੀ ਗੱਲ ਆ, ਛੱਡੋ ਪਰ ਫਿਰ ਕਰਾਂਗੇ। ਪਰ ਇਹ ਵੀ ਹੁੰਦਾ ਨਾ ਕਈ ਵਾਰੀ ਕਲਾਕਾਰ ਕਹਿ ਦਿੰਦਾ ਹੁੰਦਾ ਵੀ ਇਹ ਤਾਂ ਗੱਲ ਨਹੀਂ ਕਰਨੀ। ਨਹੀਂ, ਮੈਨੂੰ ਕੋਈ ਚੱਕਰ ਨਹੀਂ, ਕਰੋ ਕਿਤੇ ਕਰਨੀ। ਚਲੋ, ਕਿਸ ਦਿਨ ਵਿਹਲੇ ਬੈਠ ਕੇ ਆਪਾਂ ਗੱਲ ਕਰਾਂਗੇ। ਹਾਂ, ਤੁਸੀਂ ਜਿੱਦਾਂ ਜਿੱਦਾਂ ਤੁਹਾਨੂੰ ਲੱਗਿਆ ਵੀ ਹਾਂ ਆਪਾਂ ਗੱਲ ਕਰਨੀ, ਆਪਾਂ ਕਰਾਂਗੇ। ਮੈਂ ਚਾਹੁੰਦਾ ਕੁਛ ਡਿਫਰੈਂਟ ਹੋਵੇ, ਕੁਝ ਹਟ ਕੇ ਹੋਵੇ। ਆਹ ਤਾਂ ਮਤਲਬ ਸਾਰੇ, ਮੈਂ ਆਹੀ ਕਾਰਨ ਹੈ ਕਿ ਮੈਂ ਇੰਟਰਵਿਊਜ਼ ਘੱਟ ਕਰਦਾ, ਮੈਨੂੰ ਲੱਗਦਾ ਹੁੰਦਾ ਵੀ ਯਾਰ ਹਾਂ ਠੀਕ ਹੈ, ਉਹਨਾਂ ਨੇ ਪੁੱਛਣਾ ਤੁਸੀਂ ਕਦੋਂ ਗਾਉਣ ਲੱਗੇ, ਤੁਸੀਂ ਕਿੱਥੋਂ ਸਿੱਖੇ, ਤੁਸੀਂ ਕਦੋਂ ਪਹਿਲਾਂ ਗਾਣਾ ਕੀਤਾ, ਫਿਰ ਤੁਹਾਡਾ ਆਹ ਗਾਣਾ ਹਿੱਟ ਹੋ ਗਿਆ, ਫਿਰ ਤੁਹਾਨੂੰ ਕਿੱਦਾਂ ਲੱਗ ਰਿਹਾ, ਫਿਰ ਤੁਹਾਡਾ ਠੀਕ ਹੈ, ਸਟੈਂਡਰਡ ਫਾਰਮੈਟ ਆ, ਹੈ ਨਾ। ਪਰ ਮੈਂ ਕਹਿ ਰਿਹਾ ਵੀ ਰਿਪੀਟਡਲੀ ਇੱਕ ਵਾਰ ਮੈਂ ਕਿੰਨੇ ਵਾਰੀ ਕਰ ਚੁੱਕਿਆ ਉਹ, ਮੈਨੂੰ ਆਪ ਨੂੰ ਐਂ ਲੱਗਦਾ ਹੁੰਦਾ ਵੀ ਯਾਰ ਅੱਛਾ ਕੁਛ ਵੱਖਰਾ ਨਹੀਂ ਕਰ ਰਹੇ। ਇਹ ਜ਼ਰੂਰੀ ਹੁੰਦਾ, ਇਹ ਮੇਰੀ ਇੱਛਾ ਆ, ਇਹ ਮੇਰੇ 'ਚ ਇਹ ਚੀਜ਼ ਦੀ ਭੁੱਖ ਆ ਕਿ ਕੁਛ ਨਵਾਂ ਹੋਵੇ, ਭਾਵੇਂ ਇੰਟਰਵਿਊ ਦੇ ਵਿੱਚ ਕੋਈ ਸਵਾਲ ਹੀ ਕਿਉਂ ਨਾ ਹੋਵੇ, ਨਵਾਂ ਹੋਵੇ, ਕੋਈ ਗਾਣੇ ਦੇ ਲਿਰਿਕਸ ਹੋਵੇ, ਨਵਾਂ ਹੋਵੇ, ਰਿਪੀਟਡ ਗੱਲ ਕਿਉਂ ਕਰਨੀ ਹੈ, ਠੀਕ ਹੈ। ਤਾਂ ਉਹ ਇਸ ਕਰਕੇ ਮੈਂ ਇਹ ਗੱਲ ਕਹਿਣਾ, ਤੇ ਬਾਕੀ ਕੋਈ ਗੱਲ ਨਹੀਂ, ਜਿੱਦਾਂ ਆਪਾਂ ਅਗਲੀ ਵਾਰ ਜ਼ਰੂਰ ਮਿਲਾਂਗੇ। ਹਾਂ ਜ਼ਰੂਰ, ਜਿੱਦਾਂ ਜਿੱਦਾਂ ਤੁਹਾਨੂੰ ਗਾਣਾ ਹੁਣ ਰਿਲੀਜ਼ ਹੋ ਰਿਹਾ, ਗਾਣੇ ਬਾਰੇ ਗੱਲ ਕਰਦੇ ਹਾਂ, ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਗਾਣੇ ਬਾਰੇ? ਮੈਂ ਇਹ ਕਹੂੰਗਾ ਕਿ ਭਾਈ ਅਸੀਂ ਫੇਰ ਤੋਂ ਇੱਕ ਵਾਰੀ ਭਾਈ ਤੁਹਾਡੇ ਸਾਰਿਆਂ ਦੀ ਫਰਮਾਇਸ਼ 'ਤੇ ਅਸੀਂ ਫੇਰ ਵੋਟਾਂ 'ਚ ਖੜ੍ਹੇ ਹੋਏ ਹਾਂ, ਅਤੇ ਸਾਡਾ ਜਿਹੜਾ ਹੈਗਾ 7 ਤਰੀਕ ਨੂੰ ਜਿਹੜਾ ਹੈਗਾ ਰਿਜ਼ਲਟ ਆਉਣਾ ਹੈ, 7 ਤਰੀਕ ਨੂੰ ਗਾਣਾ ਕਦੋਂ ਤਾਂ ਆਵੇਗਾ ਭਾਗ 2 ਤੁਹਾਡੇ ਸਾਰਿਆਂ ਤੱਕ ਪਹੁੰਚ ਜਾਣਾ, ਅਤੇ ਉਹਦਾ ਵੀਡੀਓ ਬਹੁਤ ਸੋਹਣਾ, ਆਡੀਓ ਵੀ ਬਹੁਤ ਸੋਹਣਾ, ਅਤੇ ਤੁਸੀਂ ਇੱਕ ਵਾਰ ਜ਼ਰੂਰ ਸੁਣਿਓ। ਬਾਕੀ ਵੈਸੇ ਗਾਣੇ ਤਾਂ ਤੁਸੀਂ ਕਿਹਾ ਸੁਣਾਉਣਾ ਨਹੀਂ, ਪਰ ਫਿਰ ਵੀ 2 ਲਾਈਨਾਂ ਤਾਂ ਬਣਦੀਆਂ ਨੇ। ਹਾਂਜੀ ਜ਼ਰੂਰ, ਮੈਂ ਸੁਣਾ ਦਿੰਦਾ ਉਹ ਪਹਿਲਾਂ ਵਾਲੇ ਕਦੇ ਤਾਂ ਸੁਣਾ ਦਿੰਦੇ ਹਾਂ। ਹਾਂਜੀ ਹਾਂਜੀ ਹਾਂਜੀ, ਇਹ ਤਾਂ 7ਵਾਂ ਆ ਜਾਣਾ। ਹਾਂਜੀ, ਵੇ ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਘੁਮਾ ਕੇ ਪਿੱਛੇ ਤੱਕਿਆ ਨਾ ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ ਅੱਖੋਂ ਲੈ ਹੋਇਆ ਸੀ ਜਾਵੀ ਹੀ ਵਾਲੇ ਮੋੜ ਤੋਂ ਜਿੰਦ ਜਾਨ ਸੋਹਣਿਆ ਤੂੰ
ਵੇ ਲੈ ਗਿਆ ਸੀ ਕੱਢ ਕੇ ਵੇ ਕਦੇ ਤਾਂ ਤੂੰ ਆਵੇਂਗਾ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਤੁਹਾਡਾ, ਤੁਹਾਡੀ ਸਾਰੀ ਟੀਮ ਦਾ। ਅਤੇ 7 ਜੁਲਾਈ ਨੂੰ ਕਦੇ ਦਾ ਤੁਹਾਨੂੰ ਪਾਰਟ 2 ਰਿਲੀਜ਼ ਹੋਣ ਜਾ ਰਿਹਾ ਜੀ, ਤੁਸੀਂ ਸਾਰੇ ਜਣੇ ਜ਼ਰੂਰ ਸੁਣਿਓ, ਸ਼ੇਅਰ ਕਰਿਓ, ਸਪੋਰਟ ਕਰਿਓ। ਥੈਂਕ ਯੂ।